ਸੈਸ਼ਨ ਸ਼ੂਟ ਤੇ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਾਡੇ ਸੀਐਮ ਸਾਹਿਬ ਦੀ ਲੀਡ ਰੋਲ ਅਦਾ ਕਰ ਰਹੀ ਕਸ਼ਿਸ਼ ਸਿੰਘ ਦੇ ਨਾਲ। ਤੇ ਆਓ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਆਉਣ ਵਾਲੀ ਪੰਜਾਬੀ ਫਿਲਮ ਬਾਰੇ ਉਹਨਾਂ ਦਾ ਕੀ ਕਹਿਣਾ ਤੇ ਕੁਝ ਗੌਸਿਪਸ ਵੀ ਕਰ ਲਵਾਂਗੇ। ਆ ਜਾਓ ਫਿਰ। ਸਤਿ ਸ਼੍ਰੀ ਅਕਾਲ ਮੈਮ। ਹਾਈ, ਹਾਊ ਆਰ ਯੂ? ਫਾਈਨ ਮੈਮ, ਕੀ ਹਾਲ ਚਾਲ ਨੇ? ਬੜੀਆ ਹੈ ਬਹੁਤ। ਕਿਵੇਂ ਦਾ ਲੱਗ ਰਿਹਾ ਸਾਡੇ ਸੀਐਮ ਸਾਹਿਬ ਦੀ ਸ਼ੂਟਿੰਗ ਦੇ ਦੌਰਾਨ? ਤੁਹਾਨੂੰ ਫੜ ਲਿਆ ਵੈਸੇ, ਉਵੇਂ ਤਾਂ ਤੁਸੀਂ ਮਿਲਣਾ ਨਹੀਂ ਸੀਗਾ, ਪਰ ਮੈਂ ਕਿਹਾ ਔਨ ਲੋਕੇਸ਼ਨ ਸ਼ੂਟ ਤੇ ਜਾ ਕੇ ਇੱਕਦਮ ਤੁਹਾਨੂੰ ਫੜ ਲਈਏ। ਬਹੁਤ ਅੱਛਾ ਲੱਗ ਰਿਹਾ ਹੈ, ਬਹੁਤ ਮਿਹਨਤ ਕਰ ਰਹੇ ਹੈ। ਅੱਜ ਬਾਰਿਸ਼ ਵੀ ਹੋਈ ਹੈ, ਅਬ ਗਰਮੀ ਹੋ ਗਈ ਹੈ, ਜੈਸਾ ਆਪ ਦੇਖ ਰਹੇ ਹੈ ਕਿ ਕਿਤਨੀ ਮਿਹਨਤ ਹੈ ਔਰ ਮਜ਼ਾ ਆ ਰਿਹਾ ਹੈ ਕੰਮ ਕਰਨੇ ਮੈਂ। ਕਿਵੇਂ ਦਾ ਲੱਗ ਰਿਹਾ ਪੰਜਾਬੀ ਫਿਲਮ ਸ਼ੂਟ ਕਰਕੇ? ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਦੋ ਪੰਜਾਬੀ ਫਿਲਮਸ ਦੇ ਵਿੱਚ ਕੰਮ ਕੀਤਾ, ਇਹ ਤੁਹਾਡਾ ਲੀਡ ਰੋਲ ਹੈ ਹਰਭਜਨ ਮਾਨ ਦੇ ਨਾਲ, ਤੁਹਾਡਾ ਸੀਨੀਅਰ ਇੰਨੇ ਐਕਟਰ ਨੇ, ਸਿੰਗਰ ਨੇ, ਉਹਨਾਂ ਦੇ ਨਾਲ ਕੰਮ ਕਰਕੇ ਕਿਵੇਂ ਦਾ ਐਕਸਪੀਰੀਅੰਸ ਲੱਗ ਰਿਹਾ? ਕਿਆ ਹੋਤਾ ਹੈ ਕਿ ਜਬ ਕੋਈ ਆਪਕੇ ਸਾਥ ਕੋਈ ਬੜਾ ਸਟਾਰ ਹੋਤਾ ਹੈ ਨਾ, ਤੋ ਚੀਜ਼ੇ ਬੜੀ ਆਸਾਨੀ ਹੋ ਜਾਤੀ ਹੈ, ਕਿਉਂਕਿ ਆਪਕੋ ਕਹੀਂ ਨਾ ਕਹੀਂ ਹੈਲਪ ਮਿਲਤੀ ਹੈ। ਤੋ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਹੈ, ਕਿਉਂਕਿ ਮਾਨ ਸਰ ਬਹੁਤ ਹੀ ਹੈਲਪਫੁਲ ਨੇਚਰ ਕੇ ਹੈ। ਲਾਈਕ ਯੂ ਨੋ, ਜੈਸੇ ਮੇਰੀ ਇੱਕ ਪ੍ਰੋਬਲਮ ਹੈ, ਮੁਝੇ ਹੰਸੀ ਬਹੁਤ ਜਲਦੀ ਆਤੀ ਹੈ, ਤੋ ਹੀ ਇਜ਼ ਲਾਈਕ ਓਕੇ ਓਕੇ ਹੱਸ ਲਿਆ, ਕੋਈ ਬਾਤ ਨਹੀਂ, ਚਲੋ ਆਗੇ, ਯੂ ਨੋ। ਸੋ ਇਟਸ ਵੈਰੀ ਵੈਰੀ, ਮਤਲਬ ਆਈ ਐਮ ਵੈਰੀ ਹੈਪੀ ਕਿ ਯੂ ਨੋ ਆਈ ਐਮ ਬਲੈਸ, ਆਈ ਹੈਵ ਗੁੱਡ ਡਾਇਰੈਕਟਰਸ, ਆਈ ਹੈਵ ਗੁੱਡ ਟੀਮ ਐਂਡ ਮਾਈ ਕੋ ਸਟਾਰ, ਯੂ ਨੋ, ਸੋ ਆਈ ਐਮ ਹੈਪੀ। ਕਸ਼ਿਸ਼, ਤੁਹਾਡੇ ਬਾਰੇ ਜਿੱਦਾਂ ਥੋੜ੍ਹਾ ਪੜ੍ਹਿਆ, ਜੋ ਤੁਹਾਡੇ ਬਾਰੇ ਨੌਲੇਜ ਲਿੱਤੀ ਹੈ, ਤੁਹਾਡੇ ਪਾਪਾ ਬਿਜ਼ਨਸਮੈਨ ਨੇ, ਤੁਹਾਡੇ ਮੰਮਾ ਸੋਸ਼ਲ ਵਰਕਰ ਨੇ, ਅਤੇ ਅਚਾਨਕ ਮਾਡਲਿੰਗ, ਫਿਰ ਥੋੜ੍ਹਾ ਫੈਮਿਨਾ ਕਵਰ ਦੇ ਪੇਜ 'ਤੇ ਤੁਹਾਡੀ ਮੈਗਜ਼ੀਨ 'ਤੇ ਫੋਟੋ ਵੀ ਰਹਿ ਚੁੱਕੀ ਹੈ, ਫਿਰ ਤੁਸੀਂ ਅਚਾਨਕ ਪੰਜਾਬੀ ਫਿਲਮ ਦੇ ਵਿੱਚ, ਇਹ ਕਿਵੇਂ ਅਚਾਨਕ? ਕਿਉਂਕਿ ਮੇਰਾ ਸ਼ੁਰੂ ਸੇ ਸੁਪਨਾ ਥਾ, ਕਿਉਂਕਿ ਸਕੂਲ ਮੇ ਵੀ ਲਾਈਕ ਡਾਂਸ ਕੰਪਟੀਸ਼ਨ ਮੇ ਫਸਟ ਆਨਾ ਔਰ ਜੋ ਵੀ ਕੁਛ ਹੋਤਾ ਥਾ ਸਭ ਮੇ ਫੁੱਲ ਔਨ, ਮਤਲਬ ਯੂ ਨੋ, ਨਾਚ ਗਾਣਾ ਸਭ ਆਗੇ ਰਹਿਤੀ ਥੀ ਮੈਂ, ਤੋ ਥਾ ਕਹੀਂ ਨਾ ਕਹੀਂ ਇਸ ਮੇ ਯੂ ਨੋ ਪੈਸ਼ਨ ਔਰ ਆਈ ਲਵ ਫੈਸ਼ਨ, ਸੋ ਸਮ ਹਾਓ ਮੇਰਾ ਇਸ ਇੰਡਸਟਰੀ ਸੇ ਕੁਛ ਲਗਾਵ ਥਾ, ਸੋ ਦੈਟਸ ਵਾਈ ਆਈ ਐਮ ਹੀਅਰ। ਅਨੁਪਮ ਖੇਰ ਦੇ ਐਕਟਿੰਗ ਸਕੂਲ ਦੇ ਵਿੱਚ ਤੁਸੀਂ ਐਕਟਿੰਗ ਲਿੱਤੀ ਹੈ, ਅਨੁਪਮ ਖੇਰ ਲਾਈਕ ਬਹੁਤ ਵੱਡੇ ਐਕਟਰ ਨੇ, ਸੀਨੀਅਰ ਰੋਲ ਹੋਣ ਜਾਂ ਕੁਛ ਵੀ ਇੱਦਾਂ ਦੇ ਰੋਲ ਹੋਣ, ਕਾਮੇਡੀ ਰੋਲ ਹੋਣ, ਅਨੁਪਮ ਖੇਰ ਤੋਂ ਵਧੀਆ ਐਕਟਰ ਕੋਈ ਵੀ ਨਹੀਂ ਹੋ ਸਕਦਾ, ਅਤੇ ਉਸ ਤੋਂ ਬਾਅਦ ਤੁਸੀਂ ਬਾਲੀਵੁੱਡ ਟਰਾਈ ਕਿਉਂ ਨਹੀਂ ਕੀਤਾ? ਪੰਜਾਬੀ ਫਿਲਮ ਅਚਾਨਕ ਬਾਲੀਵੁੱਡ ਕਿਵੇਂ ਅੱਜ ਆਇਆ ਮਾਇੰਡ ਦੇ ਵਿੱਚ? ਇੱਕ ਤਾਂ ਮੁਝੇ ਯਹਾਂ ਕੇ ਲੋਕ ਬਹੁਤ ਅੱਛੇ ਲੱਗਤੇ ਹੈ, ਮੁਝੇ ਅੱਛਾ ਮਤਲਬ ਮੈਂ ਬਹੁਤ ਵਧੀਆ ਲੱਗਦੀ ਹਾਂ ਤੁਹਾਨੂੰ? ਹਾਂ ਬਹੁਤ, ਮੁਝੇ ਯਹਾਂ ਕੀ ਬੋਲੀ, ਭਾਸ਼ਾ, ਲੋਕ, ਯਹਾਂ ਕਾ ਖਾਨਾ, ਮੁਝੇ ਯਹਾਂ ਕੀ ਮਿੱਟੀ, ਇਨ ਸਭਸੇ ਬਹੁਤ ਪਿਆਰ ਹੈ। ਤੋ ਜਬ ਮੁਝੇ ਮਿਲਾ, ਕਹੀਂ ਨਾ ਕਹੀਂ ਮੈਂ ਵੈਸੇ ਰਾਜਪੂਤ ਹੂੰ, ਬਟ ਕਹੀਂ ਨਾ ਕਹੀਂ ਮੇਰੀ ਆਵਾਜ਼ ਮੇ, ਟੋਨ ਮੇ ਥੋੜ੍ਹਾ ਪੰਜਾਬੀ ਹੈ ਟੱਚ, ਤੋ ਮੁਝੇ ਬਹੁਤ ਔਫਰ ਆਉਣੇ ਲੱਗ ਗਏ, ਤੋ ਮੈਂ ਕਹਿ ਰਿਹਾ ਠੀਕ ਹੈ ਐਟਲੀਸਟ ਟਰਾਈ ਕਰਤੇ ਹੈ, ਯੂ ਨੋ। ਸੋ ਆਈ ਐਮ ਡੂਇੰਗ ਸਮ ਬਾਲੀਵੁੱਡ ਪ੍ਰੋਜੈਕਟ ਆਲਸੋ, ਇਟਸ ਨੋਟ ਲਾਈਕ ਇਟਸ ਟੂ ਅਰਲੀ ਟੂ ਟੋਕ ਅਬਾਊਟ, ਬਟ ਆਈ ਐਮ ਵੈਰੀ ਹੈਪੀ ਕਿ ਯੂ ਨੋ ਮੇਰੀ ਸ਼ੁਰੂਆਤ ਇੱਕ ਯੂ ਨੋ ਪੰਜਾਬੀ ਇੰਡਸਟਰੀ 'ਚ ਹੋਈ ਹੈ। ਸੋ ਹੋਰ ਤੁਹਾਡੇ ਬਾਰੇ ਚੀਜ਼ਾਂ ਪਤਾ ਲੱਗੀਆਂ ਨੇ ਕਿ ਤੁਹਾਨੂੰ ਲਾਈਕ ਜਵੈਲਰੀ ਦਾ ਬੜਾ ਸ਼ੌਂਕ ਹੈ, ਤੁਸੀਂ ਟੌਪ ਬ੍ਰਾਂਡਸ ਪਾਉਣੇ ਪਸੰਦ ਕਰਦੇ ਹੋ, ਟਰੈਵਲਿੰਗ ਦਾ ਬੜਾ ਸ਼ੌਂਕ ਹੈ, ਆਪਣੇ ਬਾਰੇ ਕੁਛ ਹੋਰ ਦੱਸੋ ਤਾਂ ਕਿ ਲੋਕ ਤੁਹਾਨੂੰ ਜਾਣਨ ਹੋਰ। ਮੁਝੇ ਫੈਸ਼ਨ ਸੇ ਟੱਚ ਮੇ ਰਹਿਣਾ ਬਹੁਤ ਸ਼ੌਂਕ ਹੈ, ਵੈਦਰ ਇਜ਼ ਸ਼ੂਜ਼, ਬੈਗਸ, ਵਟ ਐਵਰ, ਯੂ ਨੋ, ਆਈ ਐਮ ਲਾਈਕ ਲੁੱਕ ਦੇਖ ਵੀ ਸਕਦੇ ਹੋ ਤੁਸੀਂ ਉਹਨਾਂ ਨੂੰ, ਲਾਈਕ ਉਹਨਾਂ ਦੀ ਡਰੈਸਿੰਗ ਸੈਂਸ ਔਰ ਫੈਸ਼ਨ ਲਾਈਕ ਸਭ ਕੁਛ। ਯੈਸ, ਹਾਂਜੀ, ਸੋ ਮੁਝੇ ਬਹੁਤ ਸ਼ੌਂਕ ਹੈ ਸ਼ੁਰੂ ਸੇ, ਯੂ ਨੋ, ਕਿ ਅਭੀ ਤੱਕ ਮੈਨੇ ਜਿਤਨਾ ਵੀ ਕੰਮ ਕਰਾ ਹੈ, ਮੈਨੇ ਆਪਣੇ ਆਪ ਕੋ ਸਟਾਈਲ ਕਰਾ ਹੈ, ਸੋ ਆਈ ਐਮ ਬਲੈਸ, ਯੂ ਨੋ, ਆਈ ਲਵ ਫੈਸ਼ਨ, ਆਈ ਲਵ ਬ੍ਰਾਂਡਸ, ਆਈ ਲਾਈਕ ਸ਼ੋਪਿੰਗ, ਆਈ ਲਵ ਟੂ ਟਰੈਵਲ। ਟਰੈਵਲ 'ਚ ਹੁਣੇ ਕਿਸੇ ਨੇ ਮੈਨੂੰ ਦੱਸਿਆ ਕਿ ਹੁਣੇ ਦੁਬਈ ਜਾ ਕੇ ਆਏ ਨੇ, ਅਤੇ ਦੁਬਈ ਦਾ ਮਤਲਬ ਸਭ ਤੋਂ ਖਾਸ ਕੀ ਲੱਗੇ, ਦੁਬਈ ਕਿਉਂ ਚੂਜ਼ ਕੀਤਾ, ਲਾਈਕ ਸਿੰਗਾਪੁਰ, ਇਟਲੀ, ਬਹੁਤ ਵਧੀਆ ਵਧੀਆ ਨੇ? ਮੈਂ ਵੈਸੇ ਮਾਈ ਫੇਵਰੇਟ ਡੈਸਟੀਨੇਸ਼ਨ ਜੋ ਹੈ ਯੂ ਕੇ ਹੈ, ਬਟ ਸ਼ੂਟਿੰਗ ਦੀ ਵਜ੍ਹਾ ਸੇ ਮੈਨੂੰ ਆਪਣਾ ਟ੍ਰਿਪ ਕੈਂਸਲ ਕਰਨਾ ਪੜਾ, ਫਿਰ ਮੈਂ ਦੁਬਈ ਗਈ ਸੀ ਸ਼ੋਪਿੰਗ ਕਰਨ ਕੇ ਲਈ, ਮੈਂ ਕਿਹਾ ਚਲੋ ਕਮ ਸੇ ਕਮ ਇੱਕ ਸ਼ਾਰਟ ਟ੍ਰਿਪ 'ਤੇ ਸ਼ੋਪਿੰਗ ਕਰਕੇ ਆਏ, ਬਟ ਅੱਛਾ ਰਿਹਾ ਐਕਸਪੀਰੀਅੰਸ, ਨਾਈਸ। ਚਲੋ ਇਹ ਤਾਂ ਤੁਹਾਡੇ ਬਾਰੇ ਗੱਲ ਹੋ ਗਈ, ਹੁਣ ਆਪਾਂ ਗੱਲ ਕਰਾਂਗੇ ਫਿਲਮ ਦੇ ਬਾਰੇ। ਸਾਡੇ ਸੀ ਐਮ ਸਾਹਿਬ ਬੜਾ ਇੱਕ ਟਿਪੀਕਲ ਟੋਪਿਕ ਲੱਗ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਥੋੜ੍ਹੀ ਗਵਰਨਮੈਂਟ ਨੂੰ ਲੈ ਕੇ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ, ਅਤੇ ਇੱਕਦਮ ਪਹਿਲਾਂ ਮਾਇੰਡ ਦੇ ਵਿੱਚ ਆਉਂਦਾ, ਈਵਨ ਮੇਰੇ ਮਾਇੰਡ ਦੇ ਵਿੱਚ ਵੀ ਇਹੀ ਗੱਲਾਂ ਆਈਆਂ ਸੀ ਕਿ ਸਾਡੇ ਸੀ ਐਮ ਸਾਹਿਬ ਲਾਈਕ ਪੂਰਾ ਇੱਕ ਸਿੰਸੀਅਰ ਟੋਪਿਕ ਹੋਏਗਾ, ਅਤੇ ਬਟ ਇਹਦੇ ਵਿੱਚ ਸ਼ਾਇਦ ਹੁਣ ਤੁਸੀਂ ਦੱਸੋ ਇਸ ਫਿਲਮ ਬਾਰੇ ਕੁਛ। ਹਾਂ, ਸਬਜੈਕਟ ਜੈਸੇ ਲੱਗਦਾ ਸੀ ਐਮ ਸਾਹਿਬ, ਸਾਡੇ ਸੀ ਐਮ ਸਾਹਿਬ, ਯੂ ਨੋ, ਤਾਂ ਲੱਗਦਾ ਹੈ ਥੋੜ੍ਹਾ ਸਾ ਪੋਲੀਟੀਕਲ ਹੈ, ਵੋ ਹੈ, ਬਟ ਬਹੁਤ ਸਾਰੀ ਚੀਜ਼ਾਂ ਹੈ। ਪਹਿਲੀ ਬਾਤ ਤਾਂ ਇਸ ਫਿਲਮ ਮੈਂ ਫਸਟ ਟਾਈਮ ਲਾਈਫ ਮੈਂ ਬਾਈਕ ਚਲਾਈ ਹੈ, ਓਕੇ, ਔਰ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ। ਪਹਿਲੇ ਮੈਂ ਬਹੁਤ ਕੌਨਸ਼ੀਅਸ ਸੀ, ਕਿਉਂਕਿ ਮੁਝੇ ਆਈ ਨੋ ਫੋਰ ਵੀਲਰ ਐਂਡ ਆਲ, ਸਕੂਟੀ ਆਤੀ ਹੈ, ਬਟ ਬਾਈਕ ਚਲਾਉਣੀ ਨਹੀਂ ਆਤਾ, ਡਿੱਗੇ ਡੁੱਗੇ ਤਾਂ ਨਹੀਂ, ਸੱਟ ਸੁੱਟ ਤਾਂ ਨਹੀਂ ਲੱਗ ਗਈ, ਮਰ ਗਿਰੀ ਵੀ, ਬਟ ਬਹੁਤ ਸਲੋ, ਬਟ ਲੱਗੀ ਨਹੀਂ, ਥੈਂਕ ਗੋਡ, ਪਰ ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਬਾਈਕ ਚਲਾਈ ਮੈਨੇ, ਯੂ ਨੋ, ਗਾੜੀ ਵੀ ਚਲਾ ਲਈ ਹੈ, ਸੋ ਇਹ ਅੱਛਾ ਐਕਸਪੀਰੀਅੰਸ ਰਿਹਾ ਮੇਰਾ, ਕਿਉਂਕਿ ਪਹਿਲੇ ਬਹੁਤ ਡਰੀ ਹੋਈ ਸੀ ਬਾਈਕ ਨਹੀਂ ਆਤੀ, ਤਾਂ ਮੈਨੇ ਕਿਹਾ ਨਹੀਂ ਯਾਰ, ਬਟ ਮਤਲਬ ਮੁਝੇ ਖੁਦ ਮੈਂ 3 ਘੰਟੇ ਮੈਂ ਬਾਈਕ ਸਿੱਖ ਲਈ ਚਲਾਉਣਾ, ਸੋ ਇਹ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ। ਬਾਕੀ ਅਬ ਮੈਂ ਪਿਕਚਰ ਆਪ ਲੋਕ ਦੇਖੇਂਗੇ ਤਭੀ ਆਪਕੋ ਪਤਾ ਚੱਲੇਗਾ ਕਿ
ਕੈਸੀ ਹੈ, ਸਟੋਰੀ ਕੈਸੀ ਹੈ, ਕਿਆ ਹੈ? ਫਿਲਮ ਦੇ ਵਿੱਚ ਰੋਲ ਕਿਵੇਂ ਦਾ ਤੁਹਾਨੂੰ, ਸਿੰਸੀਅਰ ਕੁੜੀ ਦਾ, ਪੰਜਾਬੀ ਕੁੜੀ ਦਾ ਦਿੱਤਾ ਗਿਆ, ਜਾਂ ਥੋੜ੍ਹੀ ਐਵੇਂ ਜਿੱਦਾਂ ਦੇ ਤੁਸੀਂ ਉਹ ਰੀਅਲ ਲਾਈਫ ਦੇ ਵਿੱਚ ਫੈਸ਼ਨੇਬਲ ਹੈ, ਜਾਂ ਥੋੜ੍ਹੇ ਲਾਈਕ ਕਾਮੇਡੀ ਟਾਈਪ ਆ, ਮਜ਼ਾਕ ਆ, ਜਾਂ ਕਿਵੇਂ ਦਾ ਹੈ ਤੁਹਾਡਾ ਰੋਲ? ਮੇਰਾ ਫੈਸ਼ਨ ਕਰਨੇ ਦਾ ਤਾਂ ਮੌਕਾ ਮਿਲਾ ਹੀ ਨਹੀਂ ਇਸ ਮੂਵੀ ਕਰਨੇ ਕੇ ਲੀਏ, ਬਟ ਹਾਂ ਪੰਜਾਬੀ ਰੋਲ ਹੈ ਔਰ ਮੈਂ ਕੈਨੇਡਾ ਸੇ ਆਤੀ ਹੂੰ ਯਹਾਂ ਪੇ, ਔਰ ਮੇਰੇ ਵੀ ਡੈਡ ਪੋਲੀਟੀਕਲ ਲੀਡਰ ਹੈ, ਔਰ ਕੈਸੇ ਮੈਂ ਯੁੱਧਵੀਰ ਹਰਭਜਨ ਮਾਨ ਜੀ ਸੇ ਮਿਲਤੀ ਹੂੰ, ਔਰ ਵਹੀ ਫਿਰ ਕੈਸੇ ਪਸੰਦ ਕਰਨੇ ਲਗਤੀ ਹੂੰ, ਕੈਸੇ ਹਮ ਲੋਕ ਯੂ ਨੋ ਕੈਸੇ ਕੈਸੇ ਚੀਜ਼ੇ ਆਤੀ ਹੈ, ਤੋ ਉਸ ਬਾਰੇ ਮੈਂ ਫਿਰ ਵਹੀ ਹੈ। ਅਤੇ ਤੁਹਾਡਾ ਇਸ ਫਿਲਮ ਦੇ ਵਿੱਚ ਕੀ ਨਾਮ ਹੈ, ਜਿਵੇਂ ਤੁਸੀਂ ਹਰਭਜਨ ਮਾਨ ਜੀ ਦਾ ਦੱਸ ਦਿੱਤਾ ਯੁੱਧਵੀਰ, ਤਾਂ ਤੁਹਾਡਾ ਕੀ ਨਾਮ ਹੈ ਇਸ ਫਿਲਮ ਦੇ ਵਿੱਚ, ਕੀ ਤੁਹਾਨੂੰ ਦਿੱਤਾ ਗਿਆ? ਮਾਨਵੀ। ਮਾਨਵੀ, ਅਤੇ ਇਸ ਫਿਲਮ ਦੇ ਵਿੱਚ ਥੋੜ੍ਹੀ ਮਾਰਕੁੱਟ ਹੈ, ਤੁਹਾਡਾ ਕੋਈ ਐਕਸ਼ਨ ਸੀਨ ਹੋਰ ਕੋਈ, ਜੇ ਲਾਈਕ ਤੁਸੀਂ ਜਿਵੇਂ ਦੱਸਿਆ ਕਿ ਬਾਈਕ ਚਲਾਈ ਆ, ਕੋਈ ਮਾਰਕੁੱਟ ਵਾਲਾ ਸੀਨ, ਜਾਂ ਕੁਛ ਐਵੇਂ ਦਾ ਸਟੰਟ ਜਿਹੜਾ ਤੁਹਾਡੀ ਕਰਨ ਦੀ ਇੱਛਾ ਹੁੰਦੀ ਬਟ ਸ਼ਾਇਦ ਤੁਹਾਡੇ ਕੋਲ ਕਰਵਾਇਆ ਨਹੀਂ ਇਹਨਾਂ ਨੇ, ਕੁਛ ਇਹੋ ਜਿਹਾ? ਨਹੀਂ ਹੈ, ਥੋੜ੍ਹਾ ਸਾ ਥਾ ਕਿ ਆ ਯੂ ਨੋ ਥੋੜ੍ਹਾ ਸਾ ਹੋਤਾ ਜੋਸ਼ ਵਾਲਾ, ਮਾਚੋ ਗਰਲ ਹੁੰਦੀ ਹੈ, ਬਟ ਠੀਕ ਹੈ, ਮਤਲਬ ਫਸਟ ਫਿਲਮ ਕੇ ਹਿਸਾਬ ਸੇ ਕਾਫੀ ਹੈ, ਇੱਕ ਲੜਕੀ ਪਟਿਆਲਾ ਸਲਵਾਰ ਪਹਿਨ ਕੇ ਖੇਤੋਂ ਮੇ ਬਾਈਕ ਚਲਾ ਰਹੀ ਹੈ, ਤੋ ਆਪਣਾ ਆਪ ਮੇ ਵੋ ਆਪਣਾ ਇੱਕ ਬਹੁਤ ਇੰਪੈਕਟ ਦੇਤਾ ਹੈ ਕਿ ਪੰਜਾਬ ਕੀ ਵੀ ਲੜਕੀਆਂ ਸੋਚੇਂਗੀ ਅਰੇ ਯਾਰ ਕਿਉਂ ਸਕੂਟੀ ਪੇ ਹਮ ਲੋਕ, ਕਿਉਂ ਗਾੜੀ ਪੇ ਬਾਈਕ ਬਾਈਕ ਚਲਾਓ, ਸੋ ਇੱਕ ਵੋ ਆਪਣਾ ਆਪ ਮੇ ਇੱਕ ਬਹੁਤ ਯੂ ਨੋ ਇਟਸ ਇਜ਼ ਏ ਯੂ ਐਸ ਪੀ ਆਫ ਦ ਫਿਲਮ ਐਂਡ ਯੂ ਨੋ ਅਕੋਰਡਿੰਗ ਟੂ ਮੀ, ਸੋ ਆਈ ਐਮ ਹੈਪੀ ਯੂ ਨੋ। ਤੁਹਾਨੂੰ ਸਾਗਾ ਵਾਲਿਆਂ ਨੇ ਪਿੱਛੇ ਜੇ ਹਰਭਜਨ ਮਾਨ ਜੀ ਦੀ ਗੱਦਾਰ ਰਿਲੀਜ਼ ਹੋਈ, ਕਾਫੀ ਹਿੱਟ ਵੀ ਹੋਈ ਲਾਈਕ ਇੱਥੇ ਵੀ, ਇੰਡੀਆ ਦੇ ਵਿੱਚ ਵੀ, ਪੰਜਾਬ 'ਚ ਵੀ, ਉਹਨੂੰ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਵਧੀਆ ਰਿਸਪੋਂਸ ਮਿਲਿਆ, ਅਤੇ ਤੁਹਾਨੂੰ ਲੱਗਦਾ ਕਿ ਹੁਣ ਸਾਡੇ ਸੀ ਐਮ ਸਾਹਿਬ ਉਸ ਤੋਂ ਜ਼ਿਆਦਾ ਉੱਪਰ ਜਾਏਗੀ, ਜਾਂ ਠੀਕ ਠੀਕ ਕੁਛ ਇੱਦਾਂ ਦਾ ਸਟੋਰੀ ਨਾਲ ਰਿਲੇਟਿਡ ਕੁਛ? ਨਹੀਂ ਨਹੀਂ ਨਹੀਂ, ਫਿਲਮ ਬਹੁਤ ਅੱਛੀ ਬਣੀ ਹੈ, ਔਰ ਇੱਕ ਦੇਖੀਏ ਸਾ ਹਮ ਤੋ ਅੱਛੀ ਹਮ ਬੋਲੇਂਗੇ ਆਪਣੇ ਮੂੰਹ ਸੇ, ਆਗੇ ਸਭ ਆਪ ਲੋਕ ਕੋਈ ਬਤਾਨਾ ਹੈ ਕਿ ਕੈਸੀ ਹੈ, ਬਟ ਫਿਲਮ ਹਮਨੇ ਬਹੁਤ ਮਿਹਨਤ ਕਰੀ ਹੈ, ਬਹੁਤ ਅੱਛੀ ਬਣੀ ਹੈ, ਔਰ ਮਤਲਬ ਮੁਝੇ ਪੂਰੀ ਉਮੀਦ ਹੈ ਕਿ ਪਿਕਚਰ ਮਤਲਬ ਇੱਕ ਕੁਛ ਅਨਾਦਰ ਲੈਵਲ 'ਤੇ ਹੋ ਗਈ। ਸਾਨੂੰ ਇਹ ਵੀ ਸੁਣਨ 'ਚ ਆਇਆ ਸੀ ਕਿ ਫਿਲਮ ਦੇ ਵਿੱਚ ਕੁਝ ਟਵਿਸਟ ਨੇ, ਜਿਵੇਂ ਅਬਾਸ ਮਸਤਾਨ ਦੀਆਂ ਰੇਸ ਜਿੰਨੀਆਂ ਵੀ ਆਈਆਂ ਨੇ, ਲਾਈਕ ਆਪਾਂ ਸੋਚਦੇ ਕੁਛ ਹਾਂ ਬਟ ਅਚਾਨਕ 'ਚ ਹੋ ਕੁਛ ਜਾਂਦਾ, ਫਿਰ ਅਚਾਨਕ ਹੁੰਦਾ ਕੁਛ ਹੈ, ਫਿਰ ਅਚਾਨਕ ਕੁਛ ਹੋਰ ਜਾਂਦਾ, ਅਤੇ ਹਮੇਸ਼ਾ ਲੋਕਾਂ ਨੂੰ ਇਹ ਨਾ ਪੰਜਾਬ ਦੇ ਵਿੱਚ ਸੀਰੀਅਸਲੀ ਇਹ ਚੀਜ਼ ਰਹੀ ਆ ਕਿ ਇੱਦਾਂ ਦੀਆਂ ਫਿਲਮਾਂ ਨਹੀਂ ਬਣਦੀਆਂ, ਹੁਣ ਗੱਦਾਰ ਦਾ ਜਿਵੇਂ ਦਾ ਸੀਗਾ ਉੱਦਾਂ ਦੀ ਨਹੀਂ ਬਣੀ, ਅਤੇ ਹੁਣ ਇਹਦੇ ਵਿੱਚ ਵੀ ਕੁਛ ਇੱਦਾਂ ਦੀ ਹੈਗੀ ਆ ਚੀਜ਼, ਲਾਈਕ ਕਿਉਰਿਓਸਿਟੀ ਪੈਦਾ ਹੋਏਗੀ, ਬੰਦਾ ਇਹ ਸੋਚੇਗਾ ਬਟ ਅੱਧੇ ਘੰਟੇ ਬਾਅਦ ਪਤਾ ਲੱਗੇਗਾ ਅਰੇ ਯਾਰ ਮੈਂ ਤਾਂ ਸੋਚਿਆ ਕੁਛ ਕੁਛ ਹੋਰ ਹੋ ਗਿਆ। ਹਾਂ ਬਿਲਕੁਲ, ਇਸ ਮੇ ਕਾਫੀ ਟਵਿਸਟ ਹੈ, ਜੋ ਲੱਗੇਗਾ ਅਰੇ ਅਭੀ ਕੁਛ ਹੋਣੇ ਵਾਲਾ ਹੈ, ਸਡਨਲੀ ਕੁਛ ਔਰ ਆਤਾ ਹੈ, ਤੋ ਕਾਫੀ ਹੈ ਯੂ ਨੋ, ਮੁਝੇ ਆਪ ਫਿਲਮ ਦੇਖੇਂਗੇ ਮਤਲਬ ਮੈਂ ਤੋ ਮੇਰਾ ਬਸ ਚਲੇ ਕੁਛ ਥੋੜ੍ਹਾ ਜਿਹਾ ਦੱਸ ਦਿਓ। ਨਹੀਂ ਇਹ ਜਸਟਿਸ ਨਹੀਂ ਹੋਗਾ ਮੇਰੇ ਡਾਇਰੈਕਟਰਸ। ਅੱਛਾ ਚਲੋ ਇਹ ਗੱਲ ਫਿਲਮ ਦੀ ਹੋ ਗਈ, ਤੁਸੀਂ ਨਹੀਂ ਰਿਵੀਲ ਕਰੋਗੇ, ਅਸੀਂ ਆਪਣੇ ਕਰ ਦਾਂਗੇ, ਅਤੇ ਇਹ ਫਿਲਮ ਦੇ ਵਿੱਚ ਰੋਮਾਂਟਿਕ ਸੀਨਸ ਜਾਂ ਕੁਛ ਰੋਮਾਂਟਿਕ ਸੌਂਗ, ਜਾਂ ਤੁਹਾਨੂੰ ਇੱਛਾ ਹੁੰਦੀ ਕਿ ਯਾਰ ਇਹ ਕਰਨਾ ਸੀ, ਮੈਂ ਕਰਨਾ ਸੀ, ਸ਼ੂਟ ਕਰਨੇ ਵਾਲੇ ਹੈ ਨੈਕਸਟ ਵੀਕ ਰੋਮਾਂਟਿਕ ਸੌਂਗ, ਮੈਨੂੰ ਬੁਲਾ ਲਿਓ ਪਲੀਜ਼, ਪੱਕਾ ਪੱਕਾ, ਤੋ ਉਹ ਇੱਕ ਸੌਂਗ ਹੋਗਾ, ਬਾਕੀ ਲਾਈਕ ਫਿਲਮ ਮੇ ਯੂ ਨੋ ਇਤਨਾ ਕੁਛ ਉਹ ਨਹੀਂ ਹੈ, ਇਟਸ ਲਾਈਕ ਫੈਮਿਲੀ ਫਿਲਮ, ਐਸਾ ਕੁਛ ਸੀਨਸ ਔਰ ਇਹ ਸਭ ਨਹੀਂ ਹੈ, ਐਂਡ ਟੱਚ ਸ਼ੂਟ ਪੰਜਾਬੀ ਫਿਲਮਸ ਮੇ ਹੋਤਾ ਵੀ ਨਹੀਂ ਹੈ, ਐਂਡ ਦੈਟਸ ਅ ਵੈਰੀ ਗੁੱਡ ਥਿੰਗ। ਸੋ ਪੰਜਾਬੀ ਫਿਲਮ, ਇਸ ਫਿਲਮ ਦੇ ਵਿੱਚ ਤੁਹਾਡਾ ਕੋਈ ਫੇਵਰੇਟ ਡਾਇਲੋਗ ਪੂਰੀ ਪੰਜਾਬੀ ਦੇ ਵਿੱਚ, ਹੁਣ ਤੁਸੀਂ ਪੂਰਾ ਹਿੰਦੀ ਬੋਲੇ ਹੋ ਅਤੇ ਹੁਣ ਸਾਡੇ ਦਰਸ਼ਕ ਖੁਸ਼ ਹੋ ਜਾਣ, ਥੋੜ੍ਹਾ ਇੱਕ ਪੰਜਾਬੀ ਦੇ ਵਿੱਚ ਕੁਛ ਵੀ, ਜੋ ਤੁਹਾਡਾ ਫੇਵਰੇਟ ਡਾਇਲੋਗ ਹੋਵੇ ਇਸ ਫਿਲਮ ਦੇ ਵਿੱਚ, ਜੇ ਤੁਸੀਂ ਵਧੀਆ ਕਿ ਯਾਰ ਮੈਂ ਪੰਜਾਬੀ ਘਰ ਵੀ ਤੁਸੀਂ ਸ਼ੀਸ਼ੇ ਦੇ ਅੱਗੇ ਹੀ ਬੋਲਦੇ ਹੋਵੋ, ਤਾਂ ਉਹ ਥੋੜ੍ਹਾ ਜਿਹਾ ਬੋਲ ਕੇ ਸੁਣਾ ਲਓ। ਬਟ ਅਭੀ ਐਕਚੁਲੀ ਕੋਈ ਹੈ ਹੀ ਨਹੀਂ ਐਸਾ ਜੋ ਯੂ ਨੋ ਡਾਇਲੋਗ ਜੋ ਹੋ, ਮੈਂ ਵੀ ਖੁਦ ਪੰਜਾਬੀ ਸਿੱਖ ਰਹੀ ਹੂੰ, ਤੋ ਮੈਂ ਨਹੀਂ ਚਾਹਤੀ ਮੇਰੀ ਆਡੀਅੰਸ ਇਹ ਦੇਖਿਆ ਬੋਲੇ ਰਹੇ ਯਾਰ ਹਮਾਰੀ ਤੋ ਲੈਂਗੁਏਜ ਕੋ ਕਿਆ ਕਰ ਰਹੀ ਹੈ ਯੂ ਨੋ। ਨਹੀਂ ਨਹੀਂ, ਜਿਹੜੇ ਹੁੰਦੇ ਨੇ ਨਾ ਕਈ ਵਾਰੀ ਹੁੰਦਾ ਕਿ ਜੇ ਤੁਸੀਂ ਹਿੰਦੀ ਬੋਲਦੇ ਹੋ ਤਾਂ ਉਹਨਾਂ ਦੇ ਮੂੰਹ 'ਚੋਂ ਪੰਜਾਬੀ ਬੜੀ ਕਿਊਟ ਜੀ ਲੱਗਦੀ ਆ, ਅਤੇ ਉਹ ਫਿਰ ਯੂ ਨੋ ਕਿ ਪੰਜਾਬੀ ਦੇ ਵਿੱਚ ਜੇਕਰ ਬੋਇਜ਼ ਫੈਨਸ ਬਣੇ ਤਾਂ ਉਹਨਾਂ ਨੂੰ ਕਿਊਟਨੈਸ ਵਧੀਆ ਲੱਗਦੀ ਆ। ਕੁਛ ਇੱਦਾਂ ਦਾ ਕੁਛ ਡਾਇਲੋਗ ਬੋਲ ਦਿਓ, ਜਾਂ ਤੁਹਾਡਾ ਕੋਈ ਹੋਰ ਫੇਵਰੇਟ ਡਾਇਲੋਗ ਹੋਵੇ, ਕੁਛ ਵੀ ਇੱਦਾਂ ਦਾ ਬੋਲ। ਮੇਰਾ ਤਾਂ ਇੱਕ ਡਾਇਲੋਗ ਥਾ ਇੱਕ ਫਿਲਮ ਮੇ, ਆਜ ਤਾਂ ਤੇਰੀ ਜਾਨ ਬਚ ਗਈ, ਆਗੇ ਸੇ ਸੋਚ ਸਮਝ ਕੇ ਜਮ ਕਰੀ। ਇਸ ਫਿਲਮ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ, ਕਿੰਨੇ ਕੁ ਗਾਣੇ ਰੱਖੇ ਗਏ ਨੇ ਇਸ ਫਿਲਮ ਦੇ ਵਿੱਚ? ਆਈ ਥਿੰਕ 4 to 5 ਸੌਂਗਸ ਹੋਣਗੇ। ਅਤੇ ਕਿਹੜੇ ਕਿਹੜੇ ਪੰਜਾਬੀ ਸਿੰਗਰਸ ਨਾਲ ਰਿਲੇਟਡ ਜਾਂ ਬਾਲੀਵੁੱਡ 'ਚੋਂ ਵੀ ਕੁਛ ਆਏ ਨੇ? ਕੁਛ ਬਾਲੀਵੁੱਡ ਕੇ ਵੀ ਹੋਣਗੇ, ਮਿਕਸਚਰ ਹੋਗਾ ਸਭ ਕਾ। ਐਸਾ ਕੋਈ ਫੇਵਰੇਟ ਗਾਣਾ ਜਿਹੜਾ ਤੁਸੀਂ ਦੋ ਲਾਈਨਾਂ ਸੁਣਾ ਸਕੋ? ਪਲੀਜ਼, ਤੁਹਾਡੀ ਆਵਾਜ਼ ਇੰਨੀ ਸਵੀਟ ਆ ਨਾ, ਆਈ ਪੈਂਪਰ ਯੂ, ਕੋਈ ਦੋ ਲਾਈਨਾਂ ਜਿਹੜੇ ਤੁਹਾਨੂੰ ਲੱਗਦਾ ਹੋਵੇ ਕਿ ਹਾਂ ਯਾਰ ਵਧੀਆ ਗਾਣਾ ਹੈ। ਆਪ ਬੋਤਾ ਮੈਂ ਬਗਾ ਦੂੰਗੀ ਗਾਣਾ। ਮੇਰੇ ਤਾਂ ਵੈਸੇ ਪੰਜਾਬੀ ਸਾਰੇ ਫੇਵਰੇਟ ਆ, ਜੋ ਤੁਹਾਨੂੰ ਲੱਗਦਾ ਹੋਵੇ ਗਿਆ ਬੜਾ ਵਧੀਆ ਗਾਣਾ, ਜਿਹੜਾ ਤੁਸੀਂ ਸੋਚਦੇ ਹੋਵੇ ਯਾਰ ਜਿਹੜਾ ਤੁਸੀਂ ਗਾਣਾ ਸੋਚ ਕੇ ਕਿਹਾ ਹੋਵੇ ਕਿ ਯਾਰ ਇਹ ਪੰਜਾਬੀ ਫਿਲਮ ਮੈਂ ਕਰਨੀ ਹੈ। ਨਹੀਂ ਮੁੰਝੇ ਤੋ ਅੱਜ ਕੱਲ੍ਹ ਇਹ ਗਾਣਾ ਚੜਾ ਹੋਇਆ ਹੈ ਬੜਾ ਹੈ, ਕੌਣ ਸੀ ਮੂਵੀ ਥੀ ਡਿਸਕੋ ਸਿੰਘ, ਤੇਰਾ ਹੈਪੀ ਬਰਥਡੇ ਦੇ ਬਸ ਇਤਨਾ ਹੀ, ਪਟਿਆਲਾ ਸੁੱਟ ਦਿੱਤਾ ਫਿਰ ਕਿਸੇ ਨੇ? ਹਾਂ ਬਿਲਕੁਲ, ਹਾਏ ਹਾਏ। ਅੱਛਾ
ਇਹ ਗੱਲ ਹੋ ਗਈ ਹੁਣ ਜਿੱਦਾਂ ਤੁਸੀਂ ਫਿਲਮ ਲਾਈਨ ਦੇ ਵਿੱਚ ਆਏ ਬੇਸਿਕ ਤੁਹਾਡੇ ਨਹੀਂ ਹੈਗੇ ਤੁਸੀਂ ਐਕਟਿੰਗ ਵੀ ਸਿੱਖੀ ਅਤੇ ਪੇਰੈਂਟਸ ਨੇ ਕਿੰਨਾ ਕੁ ਸਪੋਰਟ ਕੀਤਾ ਇਸ ਐਕਟਿੰਗ ਲਾਈਨ ਦੇ ਵਿੱਚ ਆਉਣ ਮੈਂ ਪੂਰੇ ਖਾਨਦਾਨ ਮੈਂ ਇਕਲੌਤੀ ਲੜਕੀ ਹਾਂ ਤੋ ਮੇਰੇ ਲਈ ਔਰ ਹਮ ਰਾਜਪੂਤ ਪਰਿਵਾਰ ਮੈਂ ਕਿ ਨਹੀਂ ਲੜਕੀ ਯੂ ਨੋ ਜਲਦੀ ਸ਼ਾਦੀ ਕਰੇ ਕਰੇ ਬਟ ਮਾਈ ਫੈਮਿਲੀ ਮਾਈ ਪੇਰੈਂਟਸ ਦੇ ਆਰ ਵੈਰੀ ਸਪੋਰਟਿਵ ਸੋ ਪੂਰਾ ਸਪੋਰਟ ਕਰਾ ਠੀਕ ਹੈ ਤੁਮ ਜੋਬ ਬੰਬੇ ਸਕੂਲ ਮੈਂ ਜੁਆਇਨ ਕਰੋ ਆਪਣਾ ਜਿਮ ਸ਼ਿਮ ਕਰੋ ਵਰਕਆਊਟ ਕਰੋ ਕਿਉਂਕਿ ਦਿੱਲੀ ਮੈਂ ਤੋ ਹਮ ਕੈਸੇ ਕਾਲਜ ਮੈਂ ਖਾਤੇ ਪੀਤੇ ਘਰ ਕੇ ਸੋ ਬਹੁਤ ਮਿਹਨਤ ਕਰੀ ਹੈ ਲੱਗ ਰਿਹਾ ਅੱਛਾ ਮੈਨੂੰ ਤੁਹਾਡੀ ਫਿਗਰ ਦੇਖ ਕੇ ਲੱਗ ਰਿਹਾ ਕਿ ਯਾਰ ਮੈਂ ਮੋਟੀ ਤਾਂ ਨਹੀਂ ਲੱਗ ਰਹੀ ਇਹਨਾਂ ਨਾਲੋਂ ਪਲੀਜ਼ ਬਿਲਕੁਲ ਨਹੀਂ ਠੀਕ ਹੈ ਨਾ ਮਤਲਬ ਮੇਰੀ ਫਿਗਰ ਮਤਲਬ ਨੈਕਸਟ ਫਿਲਮ 'ਚ ਮੈਂ ਆ ਸਕਦੀ ਹਾਂ ਮਤਲਬ ਕਿ ਤੁਸੀਂ ਜਿਮਨਾਸਟਿਕ ਜਾਂ ਜਿਮਹੋਲਿਕ ਹੋ ਪੂਰੇ ਲੱਗ ਰਿਹਾ ਕਿੰਨਾ ਕਿੰਨਾ ਕੁ ਵਰਕਆਊਟ ਕਰਦੇ ਹੋ ਬਹੁਤ ਕਰਤੀ ਹੂੰ ਮੈਂ 2 ਘੰਟਾ ਸੁਬਹ 1 ਘੰਟਾ ਸ਼ਾਮ ਕੋ ਕੀ ਕਰਦੇ ਹੋ ਵਰਕਆਊਟ ਲਾਈਕ ਪੁਸ਼ਅਪਸ ਜਾਂ ਸਮਥਿੰਗ ਮੈਂ ਜਿਮ ਕਰਤੀ ਹੂੰ 2 ਘੰਟਾ ਔਰ ਮੇਰਾ ਟ੍ਰੇਨਰ ਬਹੁਤ ਅੱਛਾ ਹੈ ਹੀ ਬੇਸਿਕਲੀ ਟ੍ਰੇਨਿੰਗ ਫਰਹਾਨ ਅਖਤਰ ਐਂਡ ਪ੍ਰਿਯੰਕਾ ਚੋਪੜਾ ਉਸਨੇ ਪ੍ਰਿਯੰਕਾ ਚੋਪੜਾ ਕੋ ਮੈਰੀ ਕੌਮ ਕੇ ਲਿਏ ਔਰ ਫਰਹਾਨ ਕੋ ਭਾਗ ਮਿਲਕਾ ਭਾਗ ਕੇ ਲਈ ਤਿਆਰ ਕੀਆ ਥਾ ਔਰ ਮੈਂ ਉਸਕੇ ਸਾਥ ਹੀ ਇਜ਼ ਮਾਈ ਟ੍ਰੇਨਰ ਔਰ ਸ਼ਾਮ ਕੋ ਮੈਂ ਜ਼ੁੰਬਾ ਕਰਤੀ ਹੂੰ ਤੋ ਇਜ਼ ਬੇਸਿਕਲੀ ਫਨ ਓਕੇ ਜੋ ਜਿਸ ਮੈਂ ਜ਼ੁੰਬਾ ਕਮ ਔਰ ਹਸਤੀ ਜ਼ਿਆਦਾ ਹੂੰ ਲੋਕੋ ਕੋ ਡਿਸਟਰਬ ਜ਼ਿਆਦਾ ਕਰਤੀ ਹੂੰ ਬਟ ਇਜ਼ ਫਨ ਔਰ ਮੈਂ ਫਿਰ ਯੋਗਾ ਵੀ ਕਰਤੀ ਹੂੰ ਅਤੇ ਡਾਈਟਿੰਗ ਖਾਣ ਪੀਣ ਦੇ ਵਿੱਚ ਕੀ ਖਾਂਦੇ ਹੋ ਇਸ ਸਾਲ ਮੈਂ ਸਪੈਸ਼ਲੀ ਇਹ ਆਪ ਜਬ ਮੂਵੀ ਦੇਖੇਂਗੇ ਦੇਖੇਂਗੇ ਮੇਰਾ ਬਿਫੋਰ ਐਂਡ ਪੰਜਾਬੀਆਂ ਦੀ ਤੁਸੀਂ ਮੈਨੂੰ ਗੱਲ ਦੱਸੀ ਕਿ ਬੜੇ ਜੋਲੀ ਨੇਚਰ ਹੁੰਦੇ ਨੇ ਇੱਦਾਂ ਖੁਸ਼ਨੁਮਾ ਹੁੰਦੇ ਨੇ ਖਾਣ ਪੀਣ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ ਪੰਜਾਬ ਦੇ ਵਿੱਚ ਤੁਹਾਨੂੰ ਕੀ ਕੀ ਖਵਾਇਆ ਗਿਆ ਕੀ ਕੁਛ ਖਾਧਾ ਤੁਸੀਂ ਜਿਹੜਾ ਤੁਸੀਂ ਨਹੀਂ ਭੁੱਲੋਗੇ ਓ ਬਟਰ ਚਿਕਨ ਇਹ ਲੋ ਪਰਾਠਾ ਲੋ ਇਹ ਲੋ ਸਭ ਬਟ ਟੱਚ ਵੁੱਡ ਇਸ ਸਾਲ ਮੈਂ ਮੈਨੇ ਰੋਟੀ ਔਰ ਬ੍ਰੈਡਸ ਇਹ ਸਭ ਨਹੀਂ ਖਾਈ ਹੈ ਯੂ ਨੋ ਮੈਂ ਮਤਲਬ ਥੋੜਾ ਸਾ ਕੰਟਰੋਲ ਹੋ ਗਿਆ ਅਭੀ ਅੱਛਾ ਬਾਲੀਵੁੱਡ ਦੇ ਵਿੱਚ ਫੇਵਰੇਟ ਐਕਟਰ ਜਿਹਨੂੰ ਤੁਸੀਂ ਕਰਦੇ ਹੋਵੋ ਐਕਟਰਸ ਜਾਂ ਕਿ ਜਿਹਨੂੰ ਕਰਦੇ ਹੋਵੋ ਕਿ ਆ ਫੇਵਰੇਟ ਆਇਆ ਮੈਂ ਇਹਦੇ ਵਰਗਾ ਮੈਨੂੰ ਕਰਨਾ ਆਇਆ ਕੁਛ ਇੱਦਾਂ ਦਾ ਆਈ ਲਾਈਕ ਅਕਸ਼ੇ ਕੁਮਾਰ ਹੀ ਇਜ਼ ਮਾਈ ਫੇਵਰੇਟ ਇੱਕ ਤਾਂ ਪੰਜਾਬੀ ਆ ਹੀ ਇਜ਼ ਆਲਸੋ ਯਾ ਹੀ ਇਜ਼ ਮਾਈ ਫੇਵਰੇਟ ਇਜ਼ ਆਲ ਟਾਈਮ ਫੇਵਰੇਟ ਯੂ ਨੋ ਅਕਸ਼ੇ ਔਰ ਸਭ ਅੱਛੇ ਹੈ ਬਾਕੀ ਸ਼ਾਹਰੁਖ ਕਿਸ ਕੋ ਪਸੰਦ ਨਹੀਂ ਹੋਗਾ ਸਲਮਾਨ ਕਿਸ ਕੋ ਪਸੰਦ ਨਹੀਂ ਹੋਗਾ ਸਭ ਪਸੰਦ ਹੈ ਅਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਚੂਜ਼ ਹੀ ਹੈ ਪੰਜਾਬ ਦੇ ਵਿੱਚ ਚੂਜ਼ ਕਰਨਾ ਪੈਣਾ ਤੁਹਾਨੂੰ ਕਾਫੀ ਹੈ ਸਭ ਅੱਛੇ ਸਾਰੇ ਅੱਛੇ ਇੱਕ ਨਾਮ ਦੱਸ ਦਿਓ ਕੋਈ ਗੁੱਸਾ ਨਹੀਂ ਕਰੇਗਾ ਨਹੀਂ ਨਹੀਂ ਸਭ ਅੱਛੇ ਆਪਣੇ ਮਤਲਬ ਮੈਂ ਇੱਕ ਤੋਂ ਨਾਮ ਨਹੀਂ ਲੈ ਸਕਦੀ ਸਭ ਅੱਛੇ ਜੀ ਹਰਭਜਨ ਮਾਨ ਦਾ ਲੈ ਦਿਓ ਗੁੱਸਾ ਕਰ ਲੈਣਗੇ ਸਰ ਤੋਂ ਬਹੁਤ ਅੱਛੇ ਵੈਰੀ ਵੈਰੀ ਹੰਬਲ ਪਰਸਨੈਲਿਟੀ ਵੈਰੀ ਸਵੀਟ ਪਰਸਨ ਟੂ ਗੁੱਡ ਅੱਛਾ ਇਸ ਫਿਲਮ ਦੇ ਵਿੱਚ ਤੁਹਾਡੇ ਅਤੇ ਹਰਭਜਨ ਮਾਨ ਸਰ ਤੋਂ ਇਲਾਵਾ ਹੋਰ ਕੌਣ ਕੌਣ ਕੰਮ ਕਰ ਰਹੇ ਨੇ ਗੁੱਗੀ ਸਰ ਹੈ ਰਾਹੁਲ ਸਿੰਘ ਹੈ ਔਰ ਮੈਂ ਹੂੰ ਅਫਕੋਰਸ ਔਰ ਕਾਫੀ ਔਰ ਵੀ ਕਲਾਕਾਰ ਹੈ ਬਾ ਘੁੱਗੀ ਸਰ ਨਾਲ ਕੰਮ ਕਰਕੇ ਕਿਵੇਂ ਦਾ ਲੱਗਿਆ ਉਹਨਾਂ ਨੂੰ ਘੁੱਗੀ ਕਹੋ ਘੁੱਗੀ ਕਹੋਗੇ ਨਾ ਗੁੱਸਾ ਕਰ ਜਾਣਗੇ ਉਨਕੋ ਵੀ ਹਮ ਲੋਗ ਉਨਕਾ ਫੇਵਰੇਟ ਤੂੰ ਘੁੱਗੀ ਹੈ ਤਾਂ ਉੜ ਕੇ ਦੇਖਾ ਫੇਵਰੇਟ ਉਹਨਾਂ ਦਾ ਸ਼ੁਰੂ ਤੋਂ ਆਪਣੇ ਆਪ ਹੀ ਆਪਣੇ ਕਰਦੇ ਆ ਫੁੱਲ ਔਨ ਮਤਲਬ ਸੈਟ ਪੇ ਹੱਸ ਰਹੇ ਤਾਂ ਮਤਲਬ ਘੁੱਗੀ ਸਰ ਹੋਗੇ ਆਸ ਪਾਸ ਬਹੁਤ ਮਜ਼ਾ ਕਰ ਹਮਨੇ ਮਤਲਬ ਫਿਲਮ ਦੇ ਦੌਰਾਨ ਪੂਰੀ ਐਸ਼ ਕੀਤੀ ਹੈ ਨਾ ਅਰੇ ਫੁੱਲ ਔਨ ਮੈਨੂੰ ਪਹਿਲਾਂ ਬੁਲਾ ਲੈਂਦੇ ਯਾਰ ਮੈਂ ਪੂਰਾ ਤੁਹਾਡਾ ਕਰਨ ਲਾਸਟ ਸੀਨ ਰਹਿ ਗਿਆ ਮੈਨੂੰ ਇਹੀ ਸ਼ੂਟ ਕਰਨਾ ਪੈਣਾ ਸੌਂਗਸ ਬਚੇ ਆਪਕੋ ਤੁਸੀਂ ਮਿਲ ਗਏ ਇਹੀ ਬਹੁਤ ਹੈ ਨਹੀਂ ਤਾਂ ਹਰਭਜਨ ਮਾਨ ਸਰ ਨੂੰ ਵੀ ਮੈਂ ਫੜ ਲੈਣਾ ਸੀ ਆ ਬਸ ਅਭੀ ਗਏ 2-3 ਘੰਟੇ ਪਹਿਲੇ ਯਾਰ ਚਲੋ ਕੋਈ ਗੱਲ ਨਹੀਂ ਆਪਾਂ ਐਕਟਰਸ ਨੂੰ ਲੋਕੇਸ਼ਨ ਸ਼ੂਟ ਤੇ ਫੜ ਲਿਆ ਨਹੀਂ ਤਾਂ ਇਹਨਾਂ ਨੇ ਵੀ ਬਸ ਭੱਜ ਜਾਣਾ ਸੀਗਾ ਅਤੇ ਹੋਰ ਕੁਛ ਆਪਣੇ ਬਾਰੇ ਜਿਹੜੇ ਤੁਸੀਂ ਆਪਣੇ ਫੈਨਸ ਨੂੰ ਦੱਸਣਾ ਚਾਹੁੰਦੇ ਹੋ ਫੋਲੋ ਕਰਨਾ ਚਾਹੁੰਦੇ ਹੋ ਜਾਂ ਕੁਛ ਇੱਦਾਂ ਦਾ ਟੱਚ ਕੋਈ ਮੈਸੇਜ ਜਾਂ ਕੁਛ ਵੀ ਜੋ ਤੁਸੀਂ ਮੈਂ ਤਾਂ ਆਪਣੇ ਫਰੈਂਡਸ ਕੋਈ ਬੋਲੂੰਗੀ ਕਿ ਮੈਂ ਬਹੁਤ ਮਿਹਨਤ ਕਰ ਰਹੀ ਹੂੰ ਔਰ ਪੰਜਾਬੀ ਸਿੱਖ ਰਹੀ ਹੂੰ ਔਰ ਫਿਰ ਵੀ ਮੇਰੇ ਸੇ ਕੁਛ ਗਲਤੀ ਹੋ ਜਾਏ ਤਾਂ ਪਹਿਲੇ ਮੁਝੇ ਮਾਫ਼ ਕਰ ਦੇ ਇਹ ਨਾ ਸੋਚੀ ਕਿ ਰਿਹਾ ਇਹ ਕੈਸੇ ਬੋਲਤੀ ਕਿਆ ਬੋਲਤੀ ਹੈ ਬਟ ਮੈਂ ਬਹੁਤ ਮਿਹਨਤ ਕਰ ਰਹੀ ਹੂੰ ਬਸ ਪਿਆਰ ਚਾਹੀਏ ਔਰ ਬਸ ਐਸੇ ਹੀ ਫਿਲਮਸ ਹਮ ਬਣਾਤੇ ਰਹੇ ਔਰ ਆਪ ਮੇਰਾ ਇੰਟਰਵਿਊ ਲੈਤੇ ਰਹੋ ਮੈਂ ਹੀ ਆਉਂਗੀ ਹਰ ਵਾਰੀ ਪੱਕਾ ਪੱਕਾ ਮੈਂ ਆਪ ਹੀ ਕੋ ਬੁਲਾਉਂਗੀ ਥੈਂਕ ਯੂ ਸੋ ਮਚ ਅੱਛਾ ਤੁਸੀਂ ਪੰਜਾਬੀ 'ਚ ਇੱਕ ਡਾਇਲੋਗ ਬੋਲ ਦਿਓ ਔਰ ਸਤਿ ਸ਼੍ਰੀ ਅਕਾਲ ਕਹਿ ਦਿਓ ਤਾਂ ਕਿ ਮੇਰੇ ਫੈਨ ਜਿਹੜੇ ਹੈਗੇ ਨੇ ਸਾਡੇ ਸ਼ੋਅ ਦੇਖਣ ਵਾਲੇ ਐਕਚੁਅਲੀ ਕੈਨੇਡਾ 'ਚੋਂ ਦੇਖਦੇ ਨੇ ਅਮਰੀਕਾ 'ਚੋਂ ਦੇਖਦੇ ਨੇ ਥੋੜ੍ਹਾ ਖੁਸ਼ ਹੋ ਅਰੇ ਮੁੰਡੂ ਸੀ ਕਿਆ ਬੋਲਣਾ ਮੁੰਡਾ ਮੁੰਡੇ ਖੁਸ਼ ਹੋ ਜਾਣਗੇ ਉਹ ਇਤਨਾ ਇੰਟਰਵਿਊ ਦੇਖ ਕੇ ਖੁਸ਼ ਹੋ ਜਾਏਗੇ ਅੱਛਾ ਕੀ ਲਾਸਟ ਤੁਸੀਂ ਹੁਣ ਕੁਛ ਵੀ ਆਪਣਾ ਪੰਜਾਬੀ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੋ ਦੇ ਸਕਦੇ ਹੋ ਪੰਜਾਬੀ ਪਿਓਰ ਪੰਜਾਬੀ ਅਰੇ ਮੈਂ ਕੈਸੇ ਬੋਲੂੰ ਪੰਜਾਬੀ ਮੈਂ ਮੈਸੇਜ ਮੈਂ ਹੈਲਪ ਕਰ ਦੂੰਗੀ ਤੁਸੀਂ ਬੋਲੋ ਕਿਆ ਬੋਲੂੰ ਮੈਂ ਪੰਜਾਬੀ ਮੈਂ ਹੈਲਪ ਕਰੋ ਆਪ ਮੇਰੀ ਕੀ ਬੋਲਣਾ ਚਾਹੁੰਦੇ ਹੋ ਕਹੋ ਕਿ ਮੈਂ ਬਹੁਤ ਖੁਸ਼ ਹੋਈ ਹਾਂ ਪੰਜਾਬ ਪਹਿਲੀ ਪੰਜਾਬੀ ਫਿਲਮ ਕਰਕੇ ਮੈਂ ਬਹੁਤ ਖੁਸ਼ ਹੋਈ ਹਾਂ ਪਹਿਲੀ ਪੰਜਾਬੀ ਫਿਲਮ ਕਰਕੇ ਹਰਭਜਨ ਮਾਨ ਵਰਗੇ ਸੀਨੀਅਰ ਐਕਟਰ ਦੇ ਨਾਲ ਹਰਭਜਨ ਮਾਨ ਜੀ ਕੇ ਸੀਨੀਅਰ ਐਕਟਰ ਦੇ ਨਾਲ ਅਤੇ ਅੱਗਿਓਂ ਵੀ ਤੁਸੀਂ ਜੇਕਰ ਮੇਰਾ ਸਾਥ ਦਿਓਗੇ ਮੈਨੂੰ ਮੇਰੀ ਫਿਲਮ ਨੂੰ ਪਸੰਦ ਕਰੋਗੇ ਹਾਏ ਬੋਲੋ ਬੋਲੋ ਅਤੇ ਅੱਗੇ ਵੀ ਮੇਰੇ ਸਾਥ ਹੋਗੇ ਮੇਰੀ ਫਿਲਮ ਪਸੰਦ ਕਰੇਗੇ ਪਸੰਦ ਕਰੋਗੇ ਪਸੰਦ ਕਰੋਗੇ
ਤਾਂ ਫਿਰ ਮੈਂ ਪੰਜਾਬੀ ਦੇ ਵਿੱਚ ਅਗਲਾ ਪੂਰਾ ਇੰਟਰਵਿਊ ਪੰਜਾਬੀ ਦੇ ਵਿੱਚ ਦਊਂਗੀ, ਵੀ ਠੇਠ ਪੰਜਾਬੀ ਪੂਰਾ ਇੰਟਰਵਿਊ ਤਾਂ ਠੇਠ ਪੰਜਾਬੀ ਮੈਂ ਹੋਣਾ ਹੀ ਹੈ ਬੌਸ। ਓਕੇ ਥੈਂਕ ਯੂ ਸੋ ਮਚ, ਨੋ ਮਾਈ ਲੈਂਗੁਏਜ, ਥੈਂਕ ਯੂ ਸੋ ਮਚ ਕਸ਼ੀ, ਬਾਏ ਬਾਏ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਕਸ਼ੀ ਸਿੰਘ, ਤੁਸੀਂ ਉਹਨਾਂ ਦੀ ਹਿੰਦੀ ਪੰਜਾਬੀ ਸਾਰਾ ਕੁਝ ਦੇਖ ਲਿਆ, ਅਤੇ ਅਗਲੇ ਵਾਰ ਫਿਰ ਔਨ ਲੋਕੇਸ਼ਨ ਸ਼ੂਟ 'ਤੇ ਕਿਸੇ ਨੂੰ ਫੜਾਂਗੇ। ਤਦ ਤੱਕ ਲਈ ਮੈਨੂੰ ਅਭੈ ਸ਼ਰਮਾ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।